ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਦੀ ਮਿਹਨਤ ਦਾ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਜੀ ਲੈ ਕੇ ਹਾਜ਼ਰ ਹੋਣ ਲੱਗੇ ਆ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਜਿਹੜੀ ਗਾਏ ਸ਼ਾਹ ਕਾਲੇ ਰੰਗ ਦੇ ਵਿੱਚ ਔਰ ਥਾਣ ਵੀ ਚੰਗਾ ਪਾਵਰ ਵਾਲਾ ਮਾਸ਼ਤਰਾ ਲੱਗਿਆ ਹੈ ਮਾਸ਼ਾਅੱਲਾ। ਸਿਰੋ ਦੋਸਤੋ ਮੋਨੀ ਲੱਤ ਮੇਰੇ ਵੀਰ ਦੇਖ ਲੈਣ ਤੋੜ ਤੱਕ ਮਾਸ਼ਾਅੱਲਾ ਮਾਸ਼ਾਅੱਲਾ ਮੇਰੇ ਵੀਰਾਂ ਨੇ ਦੇਖਣਾ ਹੈ। ਬੈਠ ਦੀ ਲੱਤ ਵੀ ਮੋਟੀ ਸਾਫ਼ ਸੁਥਰੀ ਔਰ ਚਾਲਰ ਦੇਖਣ ਦੋ ਗਿੱਠ ਦੀ ਬੈਠ ਦੀ ਲਾਮ ਵੇਖਣ ਮਾਸ਼ਾਅੱਲਾ ਖੂਨ ਪਿੱਤ ਵੇਖਣ ਔਰ ਮਾਸ਼ਾਅੱਲਾ ਹਰ ਪਾਸੋਂ ਲਾਜਵਾਬ ਏ ਵੇਖਣ 'ਚ ਮਾਝੇ ਦੋਸਤੋ ਔਰ ਵੈਸੇ ਗਾਂ ਏ ਮੈਂ ਆਪਣੇ ਵੀਰਾਂ ਦੱਸਾਂ ਔਰ ਮਾਝ ਤਰ੍ਹਾਂ ਸਖ਼ਤ ਜਾਨ ਦੀ ਔਰ ਖੂਨ ਪਿੱਤ ਵੀ ਮਾਝ ਤਰ੍ਹਾਂ ਚੰਗਾ ਦੁੱਧ ਵੀ ਮਾਝ ਰੰਗਾ ਸਫੈਦ ਚਿੱਟਾ ਹੈਗਾ ਚੋਲਸਤਾਨੀ ਅਤੇ ਜਨਾਬ ਫਰੀਜ਼ਨ ਦਾ ਕ੍ਰੋਸ ਏ ਮਗਰ ਜਨਾਬ ਜਰਸੀ ਭਰਾਵਾਂ ਦੋਸਤਾਂ ਦੇ ਸਾਹਮਣੇ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਵੇਖਣ 'ਚ ਜਨਾਬ ਵਾਲੀ ਮਾਝ ਲੱਗਦੀ ਪਈ ਏ ਬੜੀ ਕਮਾਲ ਦੀ ਵੈੜ ਔਰ ਥਾਣ ਵੀ ਮਾਸ਼ਾਅੱਲਾ ਮਾਝ ਤਰ੍ਹਾਂ ਪਾਵਰ ਵਾਲਾ ਗਰਮੀ ਸਰਦੀ ਦੀ ਸ਼ਹਜ਼ਾਦੀ ਸਖ਼ਤ ਜਾਨ ਦੀ ਵੈੜ ਹੈ ਮਗਰ ਦੋਸਤੋ ਜਰਸੀ ਅਤੇ ਜਨਾਬ ਚੋਲਸਤਾਨੀ ਕ੍ਰਾਸ ਵੱਛੀ ਹੈ ਆਪ ਜਨਾਬ ਲਈ ਚੋਲਸਤਾਨੀ ਫਰੀਜ਼ਰ ਕ੍ਰਾਸ ਦੇ ਵਿੱਚ ਗਾਂ ਦਾ ਮਾਸ਼ਾਅੱਲਾ ਪਿੱਛੇ ਲਿਬਾਸ ਵੇਖਣ ਉਛਲ ਵੀ ਜਨਾਬ ਮਾਝ ਤਰ੍ਹਾਂ ਉੱਤੋਂ ਜਨਾਬ ਬਲੈਕ ਥੱਲੋਂ ਸਫੈਦ ਪੂਰੀ ਬਣੀ ਬਣਾਈ ਮਾਝ ਅੱਲਾ ਦੇ ਨਾਲ ਜਿਹੜੇ ਮੇਰੇ ਵੀਰ ਕਹਿੰਦੇ ਨੇ ਦੁੱਧ ਵੀ ਮਾਝ ਰੰਗਾ ਸਫੈਦ ਹੋਵੇ ਤਸੱਲੀਆਂ ਕਰਾ ਦੇ ਮੁੰਡਿਆਂ ਤੋੜ ਕੇ ਬੀਬੀਆਂ ਨੂੰ ਔਰ ਇੱਕ ਗੱਲ ਦਿਖਾ ਔਰ ਕੈਮਰੇ ਦੀ ਅੱਖ ਦੇ ਸਾਹਮਣੇ ਪੂਰੀਆਂ ਤਸੱਲੀਆਂ ਵੀਰਾਂ ਨੇ ਕਰ ਲੈਣੀਆਂ ਨੇ ਪੂਰੀ ਨਜ਼ਰ ਮਾਰ ਲੈਣੀ ਹੈ ਮਾਸ਼ਾਅੱਲਾ ਕਮਾਲ ਦੀ ਵੈੜ ਬਾਕੀ ਲੈਣੇ ਦੇ ਨੇ ਮੁਕੱਦਰ ਨੇ ਸੌਦੇ ਦੋਸਤੋ ਨਸੀਬਾਂ ਨੇ ਜਿੱਥੇ ਅੱਲਾਹ ਤਾਲਾ ਨੇ ਇਸ ਕਰਮਾਲੀ ਦਾ ਦਾਣਾ ਪਾਣੀ ਲਿਖਿਆ ਨੇ ਜਾਣਾ ਉੱਥੇ ਹੀ ਹੈ ਪੂਰੀਆਂ ਤਸੱਲੀਆਂ ਕਰਾ ਦਿੱਤੀਆਂ ਵੀਰਾਂ ਦੀਆਂ ਔਰ ਜਨਾਬੇ ਲਈ ਬੱਚਾ ਲਾਓ ਚੁਆਇਸ ਸ਼ੁਰੂ ਕਰੋ ਹਰ ਗੱਲ ਵੀਰਾਂ ਤੇ ਦੋਸਤਾਂ ਨੂੰ ਦਿਖਾਓ ਪੂਰੀਆਂ ਤਸੱਲੀਆਂ ਕਰਾਉਂਦਾ ਪਿਆ ਮੈਂ ਆਪਣੇ ਭਰਾਵਾਂ ਨੂੰ ਤੇ ਦੋਸਤਾਂ ਤੇ ਵੀਰਾਂ ਨੂੰ ਮਾਸ਼ਾਅੱਲਾ ਗਾਂ ਦਾ ਕੱਦ ਵੀ ਚੰਗਾ ਮਗਰ ਵੀ ਵੱਛੀ ਥਣ ਵੀ ਚੰਗਾ ਗਾਂ ਦੀ ਉਮਰ ਵੀ ਚੰਗੀ ਦੂਜਣ ਵੈੜ ਜਨਾਬ ਔਰ ਸ਼ੀਰੋ ਦੋਸਤੋ ਮੋਨੀ ਹੈ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਂ ਬਣੀ ਬਣਾਈ ਮੱਝ ਦੋਸਤੋ ਮਾਸ਼ਾਅੱਲਾ ਕਮਾਲ ਦੀ ਵੈੜ ਦੋਸਤੋ ਇਨਸ਼ਾਅੱਲਾ ਤਾਲਾ ਜਿਹੜਾ ਮੇਰਾ ਭਰਾ ਲੈ ਗਿਆ ਅੱਲਾ ਦੇ ਹੁਕਮ ਨਾਲ ਦੁਆਵਾਂ 'ਚ ਯਾਦ ਰੱਖੇਗਾ ਇੱਕ ਤਲਕ ਭਰਾਵਾਂ ਵਾਲਾ ਬਣੇਗਾ ਵੈੜ ਮਾਸ਼ਾਅੱਲਾ ਆਪ ਵੀ ਵੱਛੀ ਮਗਰ ਵੀ ਵੱਛੀ ਥਣ ਵੀ ਚੰਗਾ ਮਾਸ਼ਾਅੱਲਾ ਮੱਝ ਰੰਗੀ ਅਸੀਲ ਸਾਉ ਵੀ ਪੂਰੀ ਔਰ ਦੁੱਧ ਵੀ ਅੱਲਾ ਦੇ ਹੁਕਮ ਨਾਲ ਬਾਈ ਕਹਿੰਦਾ ਕਿ ਬਿਲਕੁਲ ਸਫੈਦ ਚਿੱਟਾ ਮੱਝ ਰੰਗਾ ਔਰ ਚੁਆ ਵੀ ਕਹਿੰਦਾ ਕਿ ਐਡਾ ਜੁਇਤ ਭਾਈ ਮੋਟਾ ਹੈ ਭਾਵੇਂ ਬੰਦਾ 10 ਮਿੰਟਾਂ 'ਚ ਵੈੜ ਚੋ ਕੇ ਉੱਠ ਪਵੇ ਮਾਸ਼ਾਅੱਲਾ ਬੜੇ ਕਮਾਲ ਦੀ ਵੈੜ ਹੈ ਮੇਰੇ ਵੀਰਾਂ ਦੋਸਤਾਂ ਸਾਹਮਣੇ ਚੁਆਈ ਵੀ ਚੈੱਕ ਕਰਾਵਾਂਗੇ ਹਰ ਗੱਲ ਦੀਆਂ ਤਸੱਲੀਆਂ ਕਰਾਵਾਂਗੇ ਮਗਰ ਦੋਸਤੋ ਵੱਛੀ ਹੈ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਪੂਰੀਆਂ ਤਸੱਲੀਆਂ ਕਰਾਉਂਦੇ ਪਏ ਭਰਾਵਾਂ ਨੂੰ ਚਲੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੋਹਣਾ ਚਾਹ ਭਾਈ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਹਮੇਸ਼ਾ ਆਪਣੇ ਭਰਾਵਾਂ ਨੂੰ ਤਸੱਲੀਆਂ ਕਰਾਈਦੀਆਂ
ਮਾਸ਼ਾਅੱਲਾ 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 ਮੇਰੇ ਵੀਰਾਂ ਨੇ ਪੜ੍ਹਨੀ ਮਾਸ਼ਾਅੱਲਾ ਬੜਾ ਚੁਆ ਕਮਾਲ ਹੈ ਅਸਲਾਮ ਵਾਲੇਕੁਮ ਸਰ ਜੀ ਜੀ ਆ ਸਰ ਆ ਗਿਆ ਵੀਡੀਓ ਆ ਗਈ ਸੀ ਨਾ ਜੀ ਨਹੀਂ ਮੈਂ ਕਿਹਾ ਵੀਡੀਓ ਤਾਂ ਆ ਗਈ ਸੀ ਨਾ ਸਰ ਮੈਂ ਸਰ ਹੁਣੇ ਨੰਬਰ ਡਰਾਈਵਰ ਦੱਸਿਆ ਨਹੀਂ ਸਰ ਉਹ ਵਟਸਐਪ ਨਾ ਮੋਬਾਈਲ ਬੰਦ ਹੋ ਗਿਆ ਸੀ ਅਤੇ ਫਿਰ ਚਾਰਜਿੰਗ 'ਤੇ ਲਗਾਇਆ ਮੁੰਡੇ ਨੂੰ ਫਿਰ ਜੀ ਠੀਕ ਸਰ ਮੈਂ ਮਾਸ਼ਾਅੱਲਾ ਪੂਰਾ ਚੁਆ ਮੇਰੇ ਵੀਰਾਂ ਸਾਹਮਣੇ ਮਾਸ਼ਾਅੱਲਾ ਗਾਲ ਮੰਨ ਕੇ ਖਲੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਨ ਮਾਸ਼ਾਅੱਲਾ ਬੜੀ ਲਾਜਵਾਬ ਬੈਠ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਚਾਹ ਮੇਰੇ ਵੀਰ ਦੇਖਦੇ ਪਹਿਲਾਂ ਦੁੱਧ ਵੀ ਸਫੈਦ ਚਿੱਟਾ ਜਿਵੇਂ ਮੱਝਾਂ ਦਾ ਹੁੰਦਾ ਮਗਰ ਵੀ ਦੋਸਤ ਵੱਛੀ ਹੈ ਔਰ ਮੇਰੇ ਵੀਰਾਂ ਦੇਖਣਾ ਉਗਾਲ ਮੰਡ ਕੇ ਮਾਸ਼ਾਅੱਲਾ ਬੈਠ ਖੜੀ ਹੋਈ ਹੈ ਅਸੀਲ ਸਾਹੂ ਵੀ ਪੂਰੀ ਹੈ ਮਾਸ਼ਾਅੱਲਾ ਚੁਆਈ ਵੇਖਦੇ ਪਹਿਲਾਂ ਮੇਰੇ ਵੀਰ ਮਾਸ਼ਾਅੱਲਾ ਬੜੀ ਲਾਜਵਾਬ ਛੱਡ ਦੇਵੋ ਇਹ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਆ ਕੇ ਗੜਵੀ ਮਾਰ ਕੇ ਤਸਲੀਆਂ ਕਰਾਵਾਂਗੇ ਭਰਾਵਾਂ ਨੂੰ ਸਾਡੇ ਕੋਲ ਨਹੀਂ ਹੈ ਸਾਡੇ ਕੋਲ ਨਹੀਂ ਹੈ
ਜਨਾਬ ਇੱਕ ਇਹ ਮੇਰੇ ਵੀਰਾਂ ਦੇਖ ਦੋ ਇਹ ਜਨਾਬ ਮਾਸ਼ਾਅੱਲਾ ਤਿੰਨ ਇਹ ਜਨਾਬ ਚਾਰ ਇਹ ਮਾਸ਼ਾਅੱਲਾ ਪੰਜ ਕਿਲੋ ਇਹ ਜਨਾਬ ਛੇ ਕਿਲੋ ਇਹ ਮਾਸ਼ਾਅੱਲਾ ਸੱਤ ਕਿਲੋ ਇਹ ਜਨਾਬ ਅੱਠ ਕਿਲੋ ਅੱਠ ਕਿਲੋ ਇਹ ਜਨਾਬ ਨੌ ਕਿਲੋ ਇਹ ਮਾਸ਼ਾਅੱਲਾ ਦਸ ਕਿਲੋ ਦਸ ਕਿਲੋ ਥੋੜ੍ਹਾ ਹੀ ਘੱਟ ਹੈ ਸਾਢੇ ਨੌ ਹੀ ਗਿਣ ਮੁੰਦਰੀਆਂ ਛੱਲੇ ਨਹੀਂ ਆਖਣਾ ਜੀ ਆ ਮੁੰਦਰੀ ਉੱਤੇ ਹੋ ਗਈ ਅਤੇ ਆਹ ਜਨਾਬ ਛੱਲਾ ਹੋ ਗਿਆ ਟੋਪਸ ਹੋ ਗਿਆ ਹਰ ਗੱਲ ਮੇਰੇ ਵੀਰਾਂ ਦੇਖ ਲਈ ਦੁੱਧ ਪੁੱਤਰ ਨਸੀਬਾਂ ਵਾਲੇ ਵੀਰਾਂ ਲੱਭਦਾ ਗੱਲਾਂ ਬਾਤਾਂ ਨਾਲ ਨਹੀਂ ਸਮੁੰਦਰੀ ਛੱਲੇ ਤੇ ਸੋਨਾ ਤੇ ਘਰ ਘਰ ਪਿਆ। ਅਸਲਾਮ ਵਾਲੇਕੁਮ ਵੀਰੇ, ਕੀ ਹਾਲ ਚਾਲ? ਭਾਈ ਜਾਨ ਠੀਕ ਠਾਕ ਹੋ? ਭਾਈ ਅਲੀ ਮੀਰ ਮਾਸ਼ਾਅੱਲਾ ਵੀਰ ਖੁਸ਼ ਹੁੰਦੇ ਨੇ ਤੁਹਾਡੀ ਵੀਡੀਓ ਵੇਖ ਕੇ ਤੇ ਵੀਰ ਕਹਿੰਦੇ ਨੇ ਕਿ ਯਾਰ ਬੰਦੇ ਦਾ ਰੇਟ ਮਕਬੂਲ ਹੁੰਦਾ ਤੇ ਭਾਈ ਜਾਨਵਰ ਵੀ ਚੰਗੇ ਤੋਂ ਚੰਗਾ ਤੇ ਸੋਹਣਾ ਸੋਹਣਾ ਲਿਆਉਂਦਾ ਓਦਾਂ ਦੀ ਗੱਲ ਕਰਨੀ ਸੋਹਣੀ ਸੁਤਰੀ ਔਰ ਇਸ ਗਾਂ ਦਾ ਦੱਸਣਾ ਸੁਬਾਹ ਕਿੰਨਾ ਦੂਜਣ ਹੈ ਭਾਈ ਜੀ ਦੂਜਣ ਹੈ ਤੇ ਬੈਠ ਸੂਈ ਨੂੰ ਕਿੰਨੇ ਦਿਨ ਹੋ ਗਏ? ਇਹਨੂੰ ਹੋ ਗਿਆ ਸੂਈ ਤੋਂ 9 ਤੋਂ 10 ਦਿਨ ਹੋ ਗਏ 9 ਤੋਂ 10 ਦਿਨ ਹੋ ਗਏ ਥਾਣ ਦੀ ਪਿੱਛੇ ਦੀ ਚੁੰਗਣ ਦੀ ਹਰ ਗੱਲ ਦੀ ਆਪਣੀ ਗਰੰਟੀ ਹਰ ਚੀਜ਼ ਦੀ ਆਪਣੀ ਗਰੰਟੀ ਜੀ ਹਮੇਸ਼ਾ ਤਰ੍ਹਾਂ ਹਮੇਸ਼ਾ ਤਰ੍ਹਾਂ ਗਰੰਟੀ ਹੈ ਆਪਣੀ। ਭਾਈ ਜਾਨ ਸੋਹਣੀ ਜੀ ਗੱਲ ਸੁਣਾਣੀ ਹੈ ਦੱਸਣਾ ਕਿ ਗਾਂ ਥੁਲਾਪਾ ਚੋਇਆ ਹੁਣ ਜਨਾਬ 9.5 ਲੀਟਰ ਗਰਮ ਦੁੱਧ ਠੰਡਾ ਦੁੱਧ ਕਿੰਨੀ ਹੱਥ ਖਲਮੀ ਲੋਹੇ ਰੰਗੀ ਆਵਾਜ਼ ਹੈ ਆਪਣੀ 17 ਲੀਟਰ ਦੀ ਗਰੰਟੀ ਆਵਾਜ਼ ਹੈ ਗਰੰਟੀ ਵੀ ਆਵਾਜ਼ ਵੀ ਇਨਸ਼ਾਅੱਲਾ ਤੇ ਭਾਈ ਜਾਨ ਵੱਡਾ ਕਿਹੜਾ ਪਾ ਲੇ ਵੱਡਾ ਮਾਸਟਰ ਵੀ ਚੱਲ ਮਾਸਟਰ ਕਿੰਨਾ ਪਾ ਰਿਹਾ 1.5 ਕਿਲੋ ਸਵੇਰ 1.5 ਕਿਲੋ ਸ਼ਾਮ 3 ਕਿਲੋ ਵੱਡਾ ਪਾ ਕੇ ਜਨਾਬ 17 ਕਿਲੋ ਦੁੱਧ ਆਪਣੀ ਗਰੰਟੀ ਗਰੰਟੀ ਠੰਡੇ ਠੀਕ ਹੋ ਗਿਆ। ਅਲੀ ਬੀਨ ਵੀਰੇ ਜਿਵੇਂ ਸੋਹਣੀਆਂ ਗੱਲਾਂ ਸੁਣਾਈ ਪੱਕਾ ਜਿਹਾ ਮੁੱਲ ਕਰਦੇ ਕਿ ਜਿਹੜਾ ਆਪਾਂ ਗਾਂ ਦਾ ਲੈ ਲੈਣਾ ਚੜ੍ਹਦੀ 15 ਮਿੰਟਾਂ ਬਾਅਦ ਸੇਲ ਹੋ ਆਪਾਂ ਮੁੱਲ ਬਜਵੇ ਦੋ ਹੀ ਕਰਨਾ ਜਿਵੇਂ ਤੁਸੀਂ 15 ਮਿੰਟਾਂ ਬਾਅਦ ਮੈਨੂੰ ਕਾਲ ਕਰਦੇ ਜੇ ਆਪਣੇ ਜਾਨਵਰ ਸੇਲ ਹੋ ਬਿਲਕੁਲ ਉਸ ਤਰ੍ਹਾਂ ਹਾਂਜੀ ਮੁੱਲ ਕਰਨ ਜਿੰਨਾ ਮਰਜ਼ੀ ਸਿਰਫ 2,95,000 2,95,000 ਜੋ ਪਿਆਰ ਮੁਹੱਬਤ ਸ਼ਫਕਤ ਕਬੀਰ ਕਰਾਵੇ ਆਪਾਂ ਰੇਟ ਅੱਗੇ ਵੀ ਬਹੁਤ ਮਕੂਲ ਕੀਤਾ ਆਪਾਂ ਨੂੰ ਗਾਂ ਮੁੰਡਾ ਸੁੱਤਰ ਬਣੀਏ ਤਾਂ ਆਪਾਂ ਉਹੀ ਮੁੱਲ ਕੀਤਾ ਲੇਕਿਨ ਫਿਰ ਵੀ ਥੋੜ੍ਹਾ ਬਹੁਤਾ ਕਰਾਂਗੇ ਜੀ ਠੀਕ ਹੋ ਗਿਆ। ਜਨਾਬ ਮੇਰੇ ਵੀਰਾਂ ਦੇਖਿਆ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਤੁਹਾਡਾ ਦੇਸ਼ ਪੰਜਾਬ ਟੀਵੀ ਦਾ ਇੱਕ ਮਿਆਰ ਹੈ ਇੱਕ ਵਿਆਰ ਹੈ ਤਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ ਦੇ ਵਿੱਚ ਖੜੀ ਹੈ। ਇਨਸ਼ਾਅੱਲਾ ਤੁਹਾਨੂੰ ਵੀਡੀਓ ਪਸੰਦ ਆਏਗੀ ਲਾਈਕ ਕਰਦੇ ਰਹੋਗੇ ਸ਼ੇਅਰ ਕਰਦੇ ਰਹੋਗੇ ਕਮੈਂਟ ਕਰਦੇ ਰਹੋਗੇ। ਬਾਈ ਨੇ ਰੇਟ ਕਿੰਨਾ ਕੀਤਾ 2,00,000 ਤੇ ਜਨਾਬ 95,000 ਰੁਪਇਆ ਪਿਆਰ ਮੁਹੱਬਤ ਇਹਦੇ ਵਿੱਚ ਮੌਜੂਦ ਹੈ ਔਰ ਇਨਸ਼ਾਅੱਲਾ ਤੁਹਾਨੂੰ ਵੀਰਾਂ ਲਈ ਕਰਾਵਾਂਗਾ ਜਿਹੜਾ ਮੇਰਾ ਵੀਰ ਖਰੀਦਣਾ ਚਾਹੁੰਦਾ ਹੈ ਹਮੇਸ਼ਾ ਤਰ੍ਹਾਂ ਜਨਾਬ ਇਹ ਖਰੀਦ ਸਕਦਾ ਨੰਬਰ ਦਿੰਦੇ ਜਾਈਏ 0304 ਜੀ 510-4051 ਇਸੇ 'ਤੇ ਵਟਸਐਪ ਇਸੇ ਤਰ੍ਹਾਂ ਆਪਣਾ ਨੰਬਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਦੇ ਇਜਾਜ਼ਤ ਮਿਲੀ ਪਾਕਿਸਤਾਨ ਦੇ ਨਾਲ।